ਲਵੀ ਦੋਸਤੋ ਤੁਹਾਨੂੰ ਆਪਾਂ ਬਹੁਤ ਚੰਗੀ ਟੌਪ ਕੁਆਲਿਟੀ ਦੀ ਝੋਟੀ ਦਿਖਾਉਂਦੇ ਹਾਂ। ਬਹੁਤ ਘੱਟ ਮੱਝਾਂ ਨਿਕਲਦੀਆਂ, ਸਾਰੀ ਮੰਡੀ 'ਚੋਂ ਸਿਰ ਕੱਢਦੀ ਮੱਝ ਹੈਗੀ। ਝੋਟਿਆਂ ਵਰਗੀ ਪਈ ਹੈ, ਚੌੜੀ ਦੇਖ ਲਓ ਕਿੰਨੀ ਹੈ ਤੁਸੀਂ। ਚੌੜੀ ਵੀ ਬਹੁਤ ਆ, ਭਾਰੀ ਵੀ ਬਹੁਤ ਆ, ਸੁਨੱਖੀ ਵੀ ਬਹੁਤ ਆ ਗਈ। ਅਤੇ ਆਰਡਰ ਵੀ ਦੇਖ ਸਕਦੇ ਹੋ, ਬਾਹਲਾ ਜ਼ਬਰਦਸਤ ਆਰਡਰ ਹੈਗਾ। ਸਿੰਗਾਂ ਸੁੰਗਾਂ ਦੀ ਵੀ ਕੁੰਡੀ ਆ, ਕੋਈ ਕਮੀ ਨਹੀਂ ਹੈਗੀ ਮੱਝ ਦੇ ਵਿੱਚ। ਖਾਣਾ ਦਾ ਸਾਇਜ਼ ਸੂਜ ਵੀ ਦੇਖ ਸਕਦੇ ਹੋ, ਬਾਹਲਾ ਸੋਹਣਾ ਹੈਗਾ। ਤੁਹਾਨੂੰ ਮੀਣੀ ਝੋਟੀ ਦਿਖਾਉਂਦੇ ਹਾਂ ਆਪਾਂ, ਬਹੁਤ ਚੰਗੀ ਆ, ਬਹੁਤ ਵੱਡੇ ਕੱਦ ਕਾਟਦੀ ਹੈਗੀ। ਚੌੜੀ ਵੀ ਬਹੁਤ ਆ ਗਈ ਅਤੇ ਆਰਡਰ ਉਡਰ ਵੀ ਦੇਖ ਸਕਦੇ ਹੋ, ਬਾਹਲਾ ਚੰਗਾ ਹੈਗਾ। ਬੈਕ ਨੂੰ ਵੀ ਆਰਡਰ ਬਹੁਤ ਚੰਗਾ ਕੱਢਿਆ ਵਾ ਗਾ। ਇਹ ਥਣਾਂ ਦਾ ਸਾਇਜ਼ ਸੂਜ ਬਹੁਤ ਸੋਹਣਾ, ਅਤੇ ਉੱਤੋਂ ਦੂਜੇ ਨੰਬਰ 'ਤੇ ਤੁਹਾਨੂੰ ਆਪਾਂ ਝੋਟੀ ਤੋਰ ਕੇ ਦਿਖਾਉਂਦੇ ਹਾਂ। ਇਹ ਵੀ ਬਹੁਤ ਚੰਗੀ ਆ, ਸੋਹਣੀ ਬਹੁਤ ਹੈਗੀ, ਚੌੜੀ ਬਹੁਤ ਆ ਪਿੱਛੋਂ, ਅਤੇ ਆਰਡਰ ਉਡਰ ਵੀ ਬਹੁਤ ਸੋਹਣਾ, ਬਿਊਟੀ ਵਾਲੀ ਝੋਟੀ ਹੈ ਪੂਰੀ। ਅਤੇ ਨਾੜਾਂ ਨੂੜਾਂ ਬਹੁਤ ਆ, ਤੁਸੀਂ ਦੇਖ ਸਕਦੇ ਹੋਗੇ। ਅਤੇ ਆਰਡਰ ਬਹੁਤ ਵਧੀਆ ਹੈਗਾ, ਕੰਪੈਕਟ ਆ, ਅਤੇ ਥਣਾਂ ਦਾ ਸਾਇਜ਼ ਸੂਜ ਵੀ ਬਹੁਤ ਸੋਹਣਾ ਹੈਗਾ। ਮੋੜ ਲਵੇ। ਹਾਂਜੀ ਦੋਸਤੋ, ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਧਾਲੀਵਾਲ ਡੇਅਰੀ ਫਾਰਮ ਦੇ ਉੱਤੇ। ਦੋਸਤੋ ਅੱਜ ਆਪਾਂ ਪਹੁੰਚੇ ਹੋਏ ਆ ਪਸ਼ੂ ਮੰਡੀ ਮੌੜ, ਜਿਹੜੀ ਕਿ ਮਹੀਨੇ ਦੇ ਵਿੱਚ ਇੱਕ ਵਾਰੀ ਲੱਗਦੀ ਹੈ, ਅਤੇ ਹਰੇਕ ਮਹੀਨੇ ਦੀ 20 ਤਰੀਕ ਨੂੰ ਇਹ ਮੰਡੀ ਲੱਗਦੀ ਆ। ਪੱਕੀ ਮੰਡੀ ਆ, ਅਤੇ ਮੰਡੀ ਭਰਦੀ ਵੀ ਬਹੁਤ ਆ, ਸਿਰੇ ਤੋਂ ਸਿਰਾ, ਟੌਪ ਤੋਂ ਟੌਪ ਦੇ ਪਸ਼ੂ ਪਹੁੰਚਦੇ ਆ। ਅਤੇ ਮੱਝਾਂ ਦੀ ਮੰਡੀ ਆ ਸਪੈਸ਼ਲ, ਇਹ ਮੱਝਾਂ ਲਈ ਮਸ਼ਹੂਰ ਹੈਗੀ। ਗਾਂ ਕੋਈ ਵਿੱਚ ਟਾਵੀਂ ਚੱਲੀ ਆ ਜਾਂਦੀ ਹੈਗੀ, ਅਤੇ ਵੈਸੇ ਮੱਝਾਂ ਦੇ ਲਈ ਮਸ਼ਹੂਰ ਆ ਇਹ ਮੰਡੀ, ਅਤੇ ਮੱਝਾਂ ਹੀ ਆਉਂਦੀਆਂ ਇਸ ਮੰਡੀ ਦੇ ਉੱਤੇ। ਆਉਂਦੀਆਂ ਵੀ ਪੂਰੀਆਂ ਸ਼ੌਕੀਨ ਮੱਝਾਂ ਝੋਟੀਆਂ ਗੀਆਂ, ਚੰਗੇ ਵੱਦੇ ਕੱਦ ਕਾਟਦੀਆਂ, ਮਤਲਬ ਕਿ ਟੌਪ ਤੋਂ ਟੌਪ, ਐਂਡ ਤੋਂ ਐਂਡ, ਜਿਹੋ ਜਿਹਾ ਵੀ ਤੁਸੀਂ ਮਾਲ ਚਾਹੋ ਉਹੋ ਜਿਹਾ ਤੁਹਾਨੂੰ ਮਿਲ ਜੂਗਾ, ਜਿੰਨਾ ਵੀ ਚਾਹੋ। ਅਤੇ ਵੀਡੀਓ ਦੇ ਵਿੱਚ ਐਂਡ ਤਾਂ ਹੀ ਜੁੜੇ ਰਹੋ, ਚੈਨਲ ਨੂੰ ਜ਼ਰੂਰ ਆਪਣੇ ਨੂੰ ਸਬਸਕ੍ਰਾਈਬ ਕਰ ਲਿਓ, ਅਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ। ਅਤੇ ਦਿਖਾਉਂਦੇ ਹਾਂ ਤੁਹਾਨੂੰ ਆਪਾਂ ਚੰਗੇ ਚੰਗੇ ਜਾਨਵਰ, ਅਤੇ ਆ ਜਾਓ ਫਿਰ, ਤੁਹਾਡਾ ਆਪਾਂ ਜ਼ਿਆਦਾ ਸਮਾਂ ਨਹੀਂ ਲੈਂਦੇ, ਅਤੇ ਆਪਾਂ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ। ਅਤੇ ਮਾਹੌਲ ਤੁਸੀਂ ਮੰਡੀ ਦਾ ਦੇਖ ਸਕਦੇ ਹੋ, ਮੰਡੀ ਬਹੁਤ ਭਰ ਗਈ ਹੈਗੀ। ਸਵੇਰ ਦਾ ਮਾਹੌਲ ਹੈਗਾ, 9 ਵਜਦੇ ਦਾ, ਅਤੇ ਕੇਰਾ ਤੁਸੀਂ ਦੇਖ ਸਕਦੇ ਹੋ, ਇੱਧਰ ਸੌਦਾ ਵੀ ਚੱਲੀ ਜਾਂਦਾ ਹੈਗਾ, ਅਤੇ ਇੱਧਰਲੇ ਪਾਸੇ ਵੀ ਤੁਸੀਂ ਮਾਹੌਲ ਦੇਖ ਸਕਦੇ ਹੋ ਮੰਡੀ ਦਾ। ਕੇਰਾ ਤੁਹਾਨੂੰ ਨਿਗਾਹ ਮਰਾਉਂਦੇ ਹਾਂ, ਅਤੇ ਫਿਰ ਆਪਾਂ ਕਰਦੇ ਹਾਂ ਵੀਡੀਓ ਦੀ ਸ਼ੁਰੂਆਤ। ਇੱਧਰ ਵੀ ਤੁਸੀਂ ਦੇਖ ਸਕਦੇ ਹੋ ਮਾਹੌਲ, ਹਾਰ ਸ਼ਿੰਗਾਰ ਵਾਲਾ ਸਿਸਟਮ, ਇੱਧਰ ਹੋਟਲ ਖਾਣ ਪੀਣ ਵਾਲਾ ਸਿਸਟਮ, ਹਰੇਕ ਤਰ੍ਹਾਂ ਦਾ ਮਾਲ ਮਿਲ ਜਾਂਦਾ। ਹੌਲੇ ਭਾਅ ਦਾ ਵੀ ਮਿਲ ਜੂ, ਅਤੇ ਟੌਪ ਤੋਂ ਟੌਪ ਵੀ ਮਿਲ ਜੂ, ਨੋਰਮਲ ਦਰਮਿਆਨੇ ਰੇਟ ਦਾ, ਘੱਟ ਰੇਟ ਦਾ, ਅਤੇ ਵੱਡੇ ਰੇਟ ਦਾ ਵੀ ਮਿਲ ਜੂਗਾ ਤੁਹਾਨੂੰ, ਚੰਗੇ ਦੁੱਧ ਵਾਲਾ ਪਸ਼ੂ ਤੁਹਾਨੂੰ ਮਿਲ ਜੂਗਾ। ਇਸ ਝੋਟੀ ਦਾ ਸੌਦਾ ਚੱਲੀ ਜਾਂਦਾ ਵਾ, ਝੋਟੀ ਚੰਗੀ ਹੈ, ਝੋਟੀ ਬਹੁਤ ਸੋਹਣੀ ਹੈਗੀ, ਇਹਦਾ ਸੌਦਾ ਚੱਲੀ ਜਾਂਦਾ ਗਾ। ਇੱਧਰ ਤੁਸੀਂ ਦੇਖ ਸਕਦੇ ਹੋਗੇ, ਚੈੱਕ ਪਾਸ ਜਾਣੀ ਕਿ ਥਣ ਪਾਸ ਇਹਦੇ ਹੋ ਗਏ ਹੈਗੇ, ਅਤੇ ਬਾਕੀ ਦੇਖੋ ਅੱਗੇ ਕੀ ਗੱਲਬਾਤ ਰਹਿੰਦੀ ਹੈਗੀ। ਸੌਦਾ ਤਕਰੀਬਨ ਮੇਰੇ ਹਿਸਾਬ ਨਾਲ ਇਹਦਾ ਹੋ ਗਿਆ, ਅਤੇ ਆ ਜਾਓ ਆਪਾਂ ਵੀਡੀਓ ਦੀ ਕਰਦੇ ਹਾਂ ਸ਼ੁਰੂਆਤ, ਜ਼ਿਆਦਾ ਸਮਾਂ ਨਹੀਂ ਲੈਂਦੇ। ਲਓ ਵੀ ਦੋਸਤੋ, ਤੁਹਾਨੂੰ ਆਪਾਂ ਬਹੁਤ ਚੰਗੀ ਟੌਪ ਕੁਆਲਿਟੀ ਦੀ ਝੋਟੀ ਦਿਖਾਉਂਦੇ ਹਾਂ। ਬਹੁਤ ਘੱਟ ਮੱਝਾਂ ਨਿਕਲਦੀਆਂ, ਸਾਰੀ ਮੰਡੀ 'ਚੋਂ ਸਿਰ ਕੱਢਦੀ ਮੱਝ ਹੈਗੀ। ਝੋਟਿਆਂ ਵਰਗੀ ਪਈ ਹੈ, ਚੌੜੀ ਦੇਖ ਲਓ ਕਿੰਨੀ ਹੈ ਤੁਸੀਂ। ਚੌੜੀ ਵੀ ਬਹੁਤ ਆ, ਭਾਰੀ ਵੀ ਬਹੁਤ ਆ, ਸੁਨੱਖੀ ਵੀ ਬਹੁਤ ਹੈਗੀ। ਅਤੇ ਆਰਡਰ ਵੀ ਦੇਖ ਸਕਦੇ ਹੋ, ਬਾਹਲਾ ਜ਼ਬਰਦਸਤ ਆਰਡਰ ਹੈਗਾ। ਸਿੰਗਾਂ ਸੁੰਗਾਂ ਦੀ ਵੀ ਕੁੰਡੀ ਆ, ਕੋਈ ਕਮੀ ਨਹੀਂ ਹੈਗੀ ਮੱਝ ਦੇ ਵਿੱਚ। ਖਾਣਾ ਦਾ ਸਾਇਜ਼ ਸੂਜ ਵੀ ਦੇਖ ਸਕਦੇ ਹੋ, ਬਾਹਲਾ ਸੋਹਣਾ ਹੈਗਾ। ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ, ਤੋਰੀ ਬਾਈ ਗਾਣ ਮਾੜਾ ਜਿਹਾ, ਬੈਕ ਸਾਈਡ ਤੋਂ ਤੁਸੀਂ ਆਰਡਰ ਦੇਖ ਸਕਦੇ ਹੋ, ਬਹੁਤ ਵੱਡਾ ਹੈਗਾ, ਅਤੇ ਆਰਡਰ ਖੁੱਲ੍ਹਾ ਵੀ ਬਹੁਤ ਆ, ਮਤਲਬ ਕਿ ਵਿੱਥੀ ਬਹੁਤ ਆ। ਅਤੇ ਚੌੜੀ ਤੁਸੀਂ ਦੁਬਾਰੇ ਚੈੱਕ ਕਰ ਸਕਦੇ ਹੋ, ਸਾਰੀ ਮੰਡੀ 'ਚੋਂ ਸਿਰ ਕੱਢਦੀ ਮੱਝ ਹੈਗੀ। ਅਤੇ ਆਰਡਰ ਵੀ ਦੇਖ ਸਕਦੇ ਹੋ, ਥਣਾਂ ਦਾ ਸਾਇਜ਼ ਸੂਜ ਤੁਸੀਂ ਦੁਬਾਰੇ ਦੇਖ ਸਕਦੇ ਹੋਗੇ, ਬਹੁਤ ਸੋਹਣੀ ਹੈਗੀ। ਦੇਖ ਸਕਦੇ ਹੋ ਤੁਸੀਂ ਪੂਰੀ ਟੌਪ ਦੀ ਝੋਟੀ ਹੈਗੀ। ਅਤੇ ਬਾਈ ਤੋਂ ਗੱਲਬਾਤ ਕਰਾਉਣੀ, ਆਪਾਂ ਡਿਟੇਲ ਲੈਂਦੇ ਹਾਂ ਸਾਰੀ, ਕੀ ਡਿਟੇਲ ਹੈ ਜੀ, ਕੀ ਗੱਲਬਾਤ ਹੈਗੀ। ਬਾਹਲੀ ਸਿਰ ਆ ਗਈ, ਅਤੇ ਨਾੜਾਂ ਨੂੜਾਂ ਵੀ ਤੁਸੀਂ ਦੇਖ ਸਕਦੇ ਹੋ, ਬਾਡੀ ਦੀ ਬਾਹਲੀ ਚੰਗੀ ਮੱਝ ਹੈਗੀ, ਅਤੇ ਪਿੱਛੇ ਤੋਂ ਬਹੁਤ ਜ਼ਿਆਦਾ ਚੌੜੀ ਆ, ਅਤੇ ਮੂਹਰ ਨੂੰ ਪਤਲੀ ਹੁੰਦੀ ਜਾਂਦੀ ਹੈ। ਅਤੇ ਆਪਾਂ ਗੱਲਬਾਤ ਕਰਾਉਂਦੇ ਹਾਂ ਬਾਈ ਦੇ ਨਾਲ, ਕੀ ਗੱਲਬਾਤ ਹੈ, ਕੀ ਇਹਦੀ ਡਿਟੇਲ ਹੈਗੀ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ। ਬਾਈ ਜਿਹੜੀ ਆਪਾਂ ਦਿਖਾਈ ਆ ਮੱਝ ਤੋਰ ਕੇ, ਹੈ ਨਾ, ਕਿਹੜੇ ਸੂਏ ਆ ਇਹ? ਇਹ ਬਾਈ ਦੂਜੇ ਸੂਏ ਆ। ਦੂਜੇ ਸੂਏ ਆ, ਗੱਭਣਾ ਹੈ ਜੀ? ਹਾਂ ਗੱਭਣਾ। ਕਿੰਨਾ ਕੁ ਟਾਈਮ ਲੈਂਦੀ ਆ ਇਹ? 22 ਤਰੀਕ ਨੂੰ ਤਿੰਨ ਪੂਰੇ ਹੋਣੇ। 22 ਤਰੀਕ ਨੂੰ? ਹਾਂ ਠੀਕ ਆ, ਮਤਲਬ ਇੱਕ ਦੋ ਦਿਨ ਹੀ ਰਹਿ ਗਏ। ਹਾਂ ਇੱਕ ਦੋ ਦਿਨ ਰਹਿ ਗਏ। ਠੀਕ ਆ, ਸੂਆ ਦੂਜਾ ਦੱਸਿਆ ਜੀ? ਹਾਂ ਦੂਜੇ ਸੂਏ ਆ। ਠੀਕ ਆ, ਆਪਣੇ ਘਰ ਦੀ ਆ? ਘਰ ਦੀ ਆ ਬਾਈ। ਠੀਕ ਆ, ਤੇ ਬਾਈ ਕਿੰਨੇ ਦੁੱਧ ਦੀ ਉਮੀਦ ਹੈ ਇਸ ਵਾਰ ਕੱਢ ਦੂ, ਜਾਂ ਪਹਿਲਾਂ ਵਾਲੇ 'ਚ ਕਿੰਨਾ ਕੱਢਿਆ ਇਹਨੇ? ਪਹਿਲਾਂ ਬਈ ਇਹਨੇ 14 ਲੀਟਰ ਮੰਗ ਦਿੱਤਾ ਹੈਗਾ ਪਹਿਲਾਂ। ਹਾਂ ਬਾਕੀ ਸੇਵਾ ਤੇ ਹੁੰਦਾ। ਠੀਕ ਹੈ, ਤੇ ਵਪਾਰ ਦਾ ਕੰਮ ਤਾਂ ਨਹੀਂ ਹੈ ਨਾ ਕਰਦੀ?
ਠੀਕ ਆ ਮੁੱਲ ਕਿੰਨਾ ਕਰਿਆ ਬਈ ਇਹਦਾ ਮੁੱਲ ਤਾਂ ਵੀ 2 ਲੱਖ ਰੁਪਏ ਦਾ ਪੂਰਾ 2 ਹਾਂ ਕਿੰਨੇ ਦੀ ਛੱਡ ਦਾਂਗੇ ਆਪਾਂ ਬਾਕੀ ਦੇਖ ਲਾਂਗੇ ਮੌਕੇ ਤੇ ਹੋ ਜੂ ਘਟ ਵਾਦਾ ਅੱਛਾ ਮੌਕੇ ਤੇ ਹੋ ਜੂ ਹਾਂ ਠੀਕ ਆ ਤੇ ਇਹਦਾ ਸੀਮਨ ਦਾ ਤਾਂ ਨਹੀਂ ਪਤਾ ਵੀ ਕਿਹੜੇ ਦੀ ਹੈ ਸੀਮਨ ਬਈ ਇਹ ਆਪਣੇ ਪਿੰਡ ਹੀ ਸੀਗਾ ਵੀ ਵਧੀਆ ਝੋਟਾ ਹੈਗਾ ਰੱਖਿਆ ਹੋਇਆ ਅੱਛਾ ਉਹਦੀ ਹੈ ਜੀ ਉਹਦੀ ਆ ਮੋਹਰਾ ਦੀ ਆ ਉਹਦੀ ਤੇ ਜਿਹੜਾ ਇਹਦੇ ਭਰਾਇਆ ਉਹਦਾ ਕੁਝ ਪਤਾ ਏਸੀ ਦੀ ਭਰਾਇਆ ਕੋ ਏਸੀ ਦੀ ਭਰਾਇਆ ਵਾ ਇਹਦਾ ਆਪ ਦਾ ਤਾਂ ਨਹੀਂ ਪਤਾ मीनी झोटी दिखाने बहुत चंगी आ बहुत बड़े कद काटदी आ गई चौड़ी भी बहुत आ गई अडर उडर भी देख सकते हो बहुत चंगा गा बैक नू भी अडर बहुत चंगा कढ़िया वा गा थणा का सैज सूज बहुत सोहना तो चौड़ी भी बहुत है तुसी देख सकते हो मिल्कवेन भी चंगी आउंदी है पूरी टॉप दी है गी बाकी आपां डिटेल वाइज तो लै लांगे गलबात करा दांगे आर्डर देख सकते हो तुसी चौड़ी बहुत है बैठपुड़े दी गलबात आपां करा दांगे भाई नाल की गलबात है की इहदी डिटेल है गी पुछ लांगे आपां ਆਰਡਰ ਉਡਰ ਬਹੁਤ ਚੰਗਾ ਗਾ ਤੇ ਤਾਜੀ ਸੂਈ ਪਿਆ ਇਹਦਾ ਵੀ ਕਢਾ ਦੇ ਹੋਰ ਗੇੜਾ ਮੜਾ ਚਾ ਪਿਆ ਦੇ ਭੈਣ ਤੇ ਦੋ ਝੋਟਕਾਂ ਲੈ ਕੇ ਆਇਆ ਬਾਈ ਤੇ ਦੂਜੇ ਨੰਬਰ ਤੇ ਤੁਹਾਨੂੰ ਆਪਾਂ ਦਿਖਾਉਨੇ ਆ ਝੋਟੀ ਇਹ ਵੀ ਸੋਹਣੀ ਹੈਗੀ ਪਰ ਕੱਦ ਕਾਟ ਦਰਮਿਆਨੇ ਦੇ ਵਿੱਚ ਹੈਗੀ ਸਿੰਘਾ ਸੁੰਗਾ ਦੀ ਇਹ ਵੀ ਕੁੱਡੀ ਆ ਤੁਸੀਂ ਦੇਖ ਸਕਦੇ ਹੋਗੇ ਆਰਡਰ ਉਡਰ ਵੀ ਸੋਹਣਾ ਦਿਖਾਉਂਦੀ ਹੈਗੀ ਬਾਡੀ ਬਾਂਦਰ ਚੰਗੀ ਹੈਗੀ ਥੜਾ ਦਾ ਸੈਜ ਸੂਜ ਤੇ ਇੱਥੇ ਬੁੱਥੀ ਬਹੁਤ ਆ ਥਣਾ ਦੇ ਵਿੱਚ ਦੇਖ ਸਕਦੇ ਹੋ ਤੇ ਆਰਡਰ ਚੌੜਾ ਚੜਾਈ ਦੇ ਵਿੱਚ ਵੀ ਬਹੁਤ ਆ ਮੋੜ ਲਾ ਬਾਈ ਤੇ ਫੇਸ ਦੇਖ ਸਕਦੇ ਹੋ ਬਹੁਤ ਸੋਹਣਾ ਹੈਗਾ ਇਹਦਾ ਵੀ ਤੇ ਦੋਨਾਂ ਦੀ ਆਪਾਂ ਡਿਟੇਲ ਲੈ ਲਾਂਗੇ ਕੀ ਡਿਟੇਲ ਆ ਗਈ ਕੀ ਗੱਲਬਾਤ ਆ ਗਈ ਇੱਥੇ ਬੁੱਥੀ ਬਹੁਤ ਆ ਥਣਾ ਦੇ ਵਿੱਚ ਅੱਗੇ ਪਿੱਛੇ ਵੀ ਤੇ ਬੈਕ ਸਾਈਡ ਨੂੰ ਵੀ ਤੇ ਚੌੜੀ ਇਹ ਵੀ ਬਹੁਤ ਆ ਪਿੱਠ ਬੁੜੇ ਦੀ ਤੇ ਦੋਨੇ ਝੋਟੀਆਂ ਚੰਗੀਆਂ ਗਈਆਂ ਤੇ ਬਾਕੀ ਆਪਾਂ ਡਿਟੇਲ ਲੈ ਲਾਂਗੇ ਬਾਈ ਤੋਂ ਕੀ ਡਿਟੇਲ ਆ ਮੀਣੀ ਦੀ ਵੀ ਦੇ ਦੀ ਵੀ ਮੀਣੀ ਦਾ ਦੂਜਾ ਸੂਆ ਬਾਈ ਦੂਜਾ ਠੀਕ ਆ ਰੇਟ 2 ਲੱਖ ਰੇਟ 2 ਲੱਖ ਕਿੰਨੇ ਦੇ ਛੱਡ ਦਾਂਗੇ ਆਪਾਂ ਪੌਣੇ 2 ਦੀ ਪੌਣੇ 2 ਦੀ ਹਾਂ ਨਾਲੇ ਪੌਣੇ ਕਿੰਨੇ ਕਿਦਨ ਹੋਗੇ ਸੂਈ ਨੂੰ 8 ਦਿਨ ਹੋ ਗਏ 8 ਦਿਨ ਦੁੱਧ ਕਿੰਨਾ ਖਾਊਗਾ 16 ਕਿਲੋ ਹੋਗਾ ਠੀਕ ਆ ਹੋਰ ਵਧੂ ਕੀ ਫਰਤਾ ਜਾਣਾ ਵਧੂ ਵੀ 4 ਲੱਖ ਨਾਲ ਨਹੀਂ ਛੱਡ ਲੱਗੀ ਠੀਕ ਆ ਤੇ ਜਿਹੜੀ ਆਪਾਂ ਦੂਜੇ ਨੰਬਰ ਤੇ ਦਿਖਾਈ ਸੀ ਬਾਈ ਪਹਿਲਾਂ ਕੱਟੀ ਉਹ ਪਹਿਲਾਂ ਆ ਗਈ ਕਿੰਨਾ ਟਾਈਮ ਹੋ ਗਿਆ ਉਹਨੂੰ ਉਹਨੂੰ 6 ਦਿਨ ਹੋ ਗਏ ਸੀ 6 ਦਿਨ ਉਹਦੇ ਮਗਰ ਬੱਚਾ ਬੱਚੇ ਨਹੀਂ ਦੇਖੇ ਭਰਾਵਾ ਦੋਨਾਂ ਮਗਰ ਠੀਕ ਆ ਬੱਚੇ ਦੇਖੇ ਨਹੀਂ ਠੀਕ ਆ ਕਿੰਨਾ ਕੁ ਦੁੱਧ ਪਾ ਦੂਗੀ ਉਹ 11 12 ਕਿਲੋ ਪਾ ਦੂਗੀ 11 12 ਕਿਲੋ ਹੋਰ ਪਾ ਦੂਗੀ 10 ਕਿਲੋ ਹੁਣ ਤਿਆਰ ਆ ਜਾਂਦੀ ਠੀਕ ਆ ਤੇ ਇਹਦਾ ਮਤਲਬ ਬਾਈ ਇਹਦਾ 1.5 1.5 ਤੇ ਇਹ ਆਪਾਂ ਕਿੰਨੇ ਛੱਡ ਦਾਂਗੇ 95000 ਇਹ 95 ਦੀ ਕੰਮ ਬਾਹਰ ਦਾ ਹੀ ਆ ਬਾਹਰ ਦਾ ਕਿਹੜਾ ਏਰੀਆ ਆਪਣਾ ਕਾਲੇ ਵਾਲੀ ਮੰਡੀ ਦੇ ਸੂਰਤ ਆਣਾ ਪਿੰਡ ਹਰਿਆਣੇ ਤੋਂ ਆਏ ਹਾਂ ਠੀਕ ਆ ਤੇ ਘਰੇ ਪਸ਼ੂ ਹੁੰਦੇ ਬਈ ਚੰਗੇ ਵਧੀਆ ਹਾਂ ਹੁੰਦੇ ਆ ਠੀਕ ਆ ਤੇ ਘਰੋਂ ਕੋਈ ਖਰੀਦ ਸਕਦਾ ਤਸੱਲੀ ਕਰਕੇ ਹਾਂ ਆਪਣਾ ਨੰਬਰ ਬਈ 99919 4635 ਠੀਕ ਆ ਬਈ ਧੰਨਵਾਦ ਲੋ ਵੀ ਦੋਸਤੋ ਡਿਟੇਲ ਆਪਾਂ ਤੁਹਾਨੂੰ ਸਾਰੀ ਲੈ ਕੇ ਦੇਤੀ ਹੈਗੀ ਤੇ ਜਿਹਨੂੰ ਵੀ ਪਸੰਦ ਆਉਂਦੀਆਂ ਤੁਸੀਂ ਕੰਟੈਕਟ ਬਾਈ ਦੇ ਨਾਲ ਕਰ ਸਕਦੇ ਹੋ ਵੈਸੇ ਇੱਥੇ ਪਸ਼ੂ ਵੇਖ ਵੀ ਸਕਦੇ ਹੈਗੇ ਤੇ ਆਜੋ ਤੁਹਾਨੂੰ ਆਪਾਂ ਚੰਗੇ ਪਸ਼ੂ ਹੋਰ ਦਿਖਾਉਂਦੇ ਹਾਂ ਲੋ ਵੀ ਦੋਸਤੋ ਇੱਕ ਆਪਾਂ ਤੁਹਾਨੂੰ ਬਹੁਤ ਸੋਹਣੀ ਚੰਗੇ ਕੱਦ ਕਾਟ ਦੀ ਝੋਟੀ ਦਿਖਾਉਂਦੇ ਹਾਂਗੇ ਦੇਖ ਸਕਦੇ ਹੋ ਤੁਸੀਂ ਵੇਲ ਵੀ ਬਹੁਤ ਆ ਪਿੱਠ ਪੁੜੇ ਦੀ ਵੀ ਚੰਗੀ ਆ ਤੁਸੀਂ ਦੇਖ ਸਕਦੇ ਹੋਗੇ ਡਿਟੇਲ ਆਪਾਂ ਬਾਈ ਤੋਂ ਸਾਰੀ ਲੈ ਲਾਂਗੇ ਸਿੰਘਾ ਸੁੰਗਾ ਦੀ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਆਰਡਰ ਕੁਆਲਿਟੀ ਵੀ ਦੇਖ ਸਕਦੇ ਹੋਗੇ ਬਹੁਤ ਸੋਹਣੀ ਆਗੀ ਬਾਡੀ ਬਾਂਤਰ ਦੀ ਵੀ ਬਹੁਤ ਚੰਗੀ ਆ ਤੇ ਬਾਈ 3-4 ਝੋਟੀਆਂ ਲੈ ਕੇ ਆਇਆ ਹੈਗਾ ਤੇ ਆਰਡਰ ਵੀ ਸੋਹਣਾ ਦਿਖਾਉਂਦੀ ਹੈਗੀ ਤੇ ਸੂਆ ਵੀ ਤੁਸੀਂ ਦੇਖ ਸਕਦੇ ਹੋ ਤੇ ਸਾਰੀਆਂ ਸੂਈਆਂ ਵਾਂਗਾ ਤੇ ਆਪਾਂ ਡਿਟੇਲ ਬਾਈ ਤੋਂ ਲੈ ਲਾਂਗੇ ਦੂਜੇ ਨੰਬਰ ਤੇ ਤੁਹਾਨੂੰ ਆਪਾਂ ਝੋਟੀ ਤੋੜ ਕੇ ਦਿਖਾਉਂਦੇ ਆ ਇਹ ਵੀ ਬਹੁਤ ਚੰਗੀ ਆ ਸੋਹਣੀ ਬਹੁਤ ਆਗੀ ਚੌੜੀ ਬਹੁਤ ਆ ਪਿੱਛੋਂ ਤੇ ਆਰਡਰ ਉਡਰ ਵੀ ਬਹੁਤ ਸੋਹਣਾ ਬਿਊਟੀ ਵਾਲੀ ਝੋਟੀ ਆ ਪੂਰੀ ਤੇ ਨਾੜਾਂ ਦੂੜਾ ਬਹੁਤ ਆ ਤੁਸੀਂ ਦੇਖ ਸਕਦੇ ਹੋਗੇ ਤੇ ਆਰਡਰ ਬਹੁਤ ਵਧੀਆ ਹੋਗਾ ਕੰਪੈਕਟ ਆ ਤੇ ਥਣਾ ਦਾ ਸਾਈਜ਼ ਸੂਜ ਵੀ ਬਹੁਤ ਸੋਹਣਾ ਹੈਗਾ ਮੋੜ ਲਓ ਬਈ ਤੇ ਡਿਟੇਲ ਆਪਾਂ ਇਕੱਠੀਆਂ ਦੀ ਲੈ ਲਾਂਗੇ ਤੁਸੀਂ ਦੇਖ ਸਕਦੇ ਹੋ ਆਰਡਰ ਕੁਆਲਿਟੀ ਦੇਖ ਸਕਦੇ ਹੋ ਤੁਸੀਂ ਪੂਰੀ ਟੌਪ ਆ ਗਈ ਤੇ ਸਾਈਜ਼ ਸੂਜ ਜਿਹੜਾ ਥਣਾ ਦਾ ਉਹ ਵੀ ਬਹੁਤ ਹੈਗਾ
ਦੋ ਇਹ ਤੇ ਦੋ ਆਹ ਚਾਰ ਲੈ ਕੇ ਆਇਆ ਬਾਈ ਇਹ ਡਿਟੇਲ ਆਪਾਂ ਪੁੱਛ ਲਾਂਗੇ ਇਹਨਾਂ ਦੀ ਕੀ ਡਿਟੇਲ ਹੈਗੀ ਤੇ ਕੀ ਇਹਨਾਂ ਦੀ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਜਿਹੜੀ ਆਪਾਂ ਝੋਟੀ ਪਹਿਲੇ ਨੰਬਰ ਤੇ ਤੋਰ ਕੇ ਦਿਖਾਈ ਆ ਕੀ ਡਿਟੇਲ ਹੈ ਜੀ ਕਿਹੜੇ ਸੂਏ ਸੂਈ ਵੀ ਇਹ ਦੂਜਾ ਸੂਆ ਦੂਜਾ ਸੂਆ ਬੱਚਾ ਬੱਚਾ ਕੱਟਾ 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 ਠੀਕ ਆ ਨੀਲੀ ਰਾ ਵੀ ਜਾਣਾ ਠੀਕ ਆ ਕਿੰਨੇ ਦਿਨ ਹੋ ਗਏ ਬਾਈ ਸੂਈ ਲੈਣ ਨੂੰ ਅੱਜ ਬਾਈ ਪੰਜਵਾਂ ਦਿਨ ਹੋ ਗਿਆ ਪੰਜਵਾਂ ਦਿਨ ਕਿੰਨਾ ਬਾਹਲਾ ਹੋਊਗਾ ਹੁਣ ਬਾਈ ਇਹਦੇ ਹੈਗਾ ਹੁਣ 11.5 ਕਿਲੋ ਵਾ 11.5 ਤੇ ਕਿੰਨਾ ਕੁ ਦੁੱਧ ਪਾ ਦੂ ਬਾਈ ਆਪਾਂ ਨੂੰ ਕੀ ਉਮੀਦ ਆ ਗਈ ਬਾਈ 15 ਕਿਲੋ ਦੇਊਗੀ ਇਹ 15 ਕਿਲੋ ਤਾਂ ਦੇ ਦੂ ਹਣਾ 15 ਕਿਲੋ ਤਾਂ ਪਹਿਲੇ ਤੋਂ ਦਿੱਤਾ ਨਹੀਂ ਠੀਕ ਆ ਫਿਰ ਤਾਂ 15 ਕੱਢ ਦੂ ਹਣਾ ਤੇ ਇਹਦਾ ਮੁੱਲ ਬਾਈ ਮੁੱਲ ਬਾਈ ਇਹਦਾ 30 ਹੈਗਾ 130 ਛੱਡਣੀ ਕਿੰਨੇ ਦੀ ਆਪਾਂ ਛੱਡ ਦੇਾਂਗੇ 120 ਦੀ ਬਸ 120 ਦੀ ਬਾਕੀ ਹੋਰ ਮੌਕੇ ਤੇ ਹੋ ਜੂ ਹਣਾ ਠੀਕ ਆ ਤੇ ਜਿਹੜੀ ਆਪਾਂ ਬਾਈ ਇਹ ਦੂਜੇ ਨੰਬਰ ਤੇ ਤੋਰ ਕੇ ਦਿਖਾਈ ਹੈਗੀ ਇਹ ਹਜੇ ਗੱਭਣ ਦੂਜਾ ਸੂਆ ਸੂਣਾ ਇਹਨੇ ਇਹ ਕਿੰਨਾ ਕੁ ਦੁੱਧ ਕੱਢ ਦੂਗੀ ਦੇਖੋ ਜੀ ਇਹ ਪਹਿਲੇ ਸੂਏ ਨੇ ਕੱਢਿਆ 11-12 ਕਿਲੋ ਕਹਿੰਦੇ ਜੀ ਪਹਿਲੇ ਸੂਏ ਠੀਕ ਆ ਇਸ ਵਾਰ 15 ਤਾਂ ਕੱਢਣਾ ਚਾਹੀਦਾ ਇਹਨੂੰ ਹਨਾ ਹਾਂਜੀ ਹਾਂਜੀ ਲੇਵੇ ਦੇ ਹਵਾਸ ਨਾਲ ਕੱਢਣਾ ਚਾਹੀਦਾ ਕੁਆਲਿਟੀ ਚੰਗੀ ਹੈ ਇਹਦੀ ਹਨਾ ਠੀਕ ਆ 15-16 ਕਿਲੋ ਮਤਲਬ ਕੱਢ ਦੂਗੀ ਹਨਾ ਇਹਦਾ ਮੁੱਲ ਬਾਈ ਇਹਦਾ ਮੁੱਲ 140 140 ਇਹ ਕਿੰਨੇ ਹੀ ਦੇ ਦਾਂਗੇ ਛੱਡ ਦਾਂਗੇ ਜੀ ਮੌਕੇ ਤੇ ਹੋ ਜੂਗਾ ਠੀਕ ਆ ਆਪਾਂ ਚਾਰ ਪਸ਼ੂ ਲੈ ਕੇ ਆਏ ਬਾਈ ਠੀਕ ਆ ਤੇ ਉਹ ਦੂਜੀਆਂ ਝੋਟੀਆਂ ਦੀ ਕੀ ਡਿਟੇਲ ਆ ਗਈ ਆ ਜਿਹੜੀ ਤੀਜੇ ਨੰਬਰ ਤੇ ਖੜੀ ਆ ਇਹ ਇਹ ਕਿਹੜੇ ਸੂਏ ਸੂਈ ਵੀ ਆ ਇਹ ਵੀ ਦੂਜਾ ਦੂਜਾ ਸੂਆ ਉਹ ਪਰ ਲਈ ਪਹਿਲਾ ਇਹਦੇ ਮਗਰ ਬੱਚਾ ਕੀ ਆ ਇਹਦੇ ਮਗਰ ਕੱਟੀ ਆ ਮਗਰ ਕੱਟੀ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਵੀ ਅੱਜ 10 ਦਿਨ ਹੋ 10 ਦਿਨ ਦੁੱਧ ਕਿੰਨਾ ਹੋਊਗਾ ਦੁੱਧ ਹੈਗਾ ਜੀ 12 ਲੀਟਰ 12 ਲੀਟਰ ਇਹ ਵੀ ਵਧੂਗੀ ਹੈ ਨਾ ਮੁੱਲ ਇਹਦਾ ਇਹਦਾ ਮੁੱਲ ਜੀ 130 ਆ 130 ਤੇ ਇਹ ਕਿੰਨੇ ਦੀ ਹੋ ਜੂਗੀ चार पशु लेके आए थे ना बी काम अपना व्यापार ਘਰੇ ਕਿੰਨੇ ਕੁ ਪਸ਼ੂ ਹੁੰਦੇ ਆ ਘਰੇ ਹੁੰਦੇ ਆ ਤਿੰਨ ਚਾਰ ਗਾਈਆਂ ਦਾ ਵੀ ਕੱਲੀਆਂ ਮੱਝਾਂ ਦਾ ਹੀ ਆ ਕੱਲੀਆਂ ਮੱਝਾਂ ਦਾ ਹੀ ਆ ਗਾਈਆਂ ਦਾ ਨਹੀਂ ਕਰਦੇ ਤੇ ਮੱਝ ਬਈ ਚੰਗੀ ਤੋਂ ਚੰਗੀ ਕੁਆਲਿਟੀ ਮਿਲ ਜੂਗੀ ਘਰੋਂ ਘਰੋਂ ਜੇ ਕਿਸੇ ਨੇ ਖਰੀਦਣੀਆਂ ਹੋਣ ਮਤਲਬ ਚੰਗੀਆਂ ਝੋਟੀਆਂ ਸ਼ਕੀਨ ਝੋਟੀਆਂ ਉਹੋ ਜਿਹੀਆਂ ਮਿਲ ਜਾਣਗੀਆਂ ਠੀਕ ਆ ਤੇ ਕੰਮ ਆਪਣਾ ਵਪਾਰ ਦਾ ਹੀ ਆ ਕਿਹੜਾ ਏਰੀਆ ਬਈ ਬਣਾ ਵਾਲੀ ਥਰਮਲ ਪਲਾਂਟ ਵਾਲਾ ਜ਼ਿਲ੍ਹਾ ਕਿਹੜਾ ਪੈ ਜਾਂਦਾ ਮਾਨਸਾ ਤੇ ਆਪਣਾ ਕੰਟੈਕਟ ਨੰਬਰ ਬਈ 82 70 70 82 80 82 60 82 60 82 60 ਕਰ ਸਕਦੇ ਹੋ ਪੂਰੀ ਚੰਗੀ ਕੁਆਲਿਟੀ ਦੇ ਵਿੱਚ ਆਗੀਆਂ ਤੇ ਦੋ ਇੱਧਰ ਆ ਖੜੀਆਂ ਤੁਸੀਂ ਦੇਖ ਸਕਦੇ ਹੋਗੇ ਤੇ ਜਿਹਨੇ ਵੀ ਗੱਲਬਾਤ ਕਰਨੀ ਆ ਜਾਂ ਖਰੀਦਣੀ ਆ ਤੇ ਤੁਸੀਂ ਘਰੇ ਵੀ ਬਾਈ ਕੋਲੇ ਚੰਗੇ ਪਸ਼ੂ ਹੁੰਦੇ ਆ ਤੇ ਤੁਸੀਂ ਬਾਈਆਂ ਦੇ ਨਾਲ ਕੰਟੈਕਟ ਕਰ ਸਕਦੇ ਹੋਗੇ ਆ ਜਾਓ ਤੁਹਾਨੂੰ ਚੰਗੇ ਪਸ਼ੂ ਆਪਾਂ ਹੋਰ ਦਿਖਾਉਂਦੇ ਆ ਤੇ ਅੱਗੇ ਮੰਡੀ ਦਾ ਤੁਸੀਂ ਮਾਹੌਲ ਦੇਖ ਸਕਦੇ ਹੋ ਮੰਡੀ ਦਾ ਮਾਹੌਲ ਮੰਡੀ ਬਹੁਤ ਭਰ ਗਈ ਹੈਗੀ ਤੇ ਛੱਡਾਂ ਦਾ ਮਾਹੌਲ ਤੁਸੀਂ ਦੇਖ ਸਕਦੇ ਹੋਗੇ ਪੂਰਾ ਵਧੀਆ ਬਣਿਆ ਹੋਇਆ ਹੈਗਾ ਤੇ ਸਿਰਾ ਤੋਂ ਸਿਰਾ ਕੁਆਲਿਟੀ ਦੇ ਪਸ਼ੂ ਇਸ ਮੰਡੀ ਦੇ ਉੱਤੇ ਪਹੁੰਚਦੇ ਹੈਗੇ ਤੇ ਤੁਸੀਂ ਕੰਟੈਕਟ ਬਾਈਆਂ ਦੇ ਨਾਲ ਕਰ ਸਕਦੇ ਹੋਗੇ ਤੇ ਬੇਇੱਜ਼ਤੀ ਤੁਹਾਨੂੰ ਆਪਾਂ ਮਾਹੌਲ ਵੀ ਦਿਖਾ ਦਿੰਦੇ ਹਾਂ ਮੰਡੀ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਨਾਲ ਦੀ ਨਾਲ।